ਮਾਸ਼ਾਅੱਲਾ ਜੀ, ਖਾਸ ਨੂਰ ਸ਼ਾਹ ਦੇ ਇਲਾਕੇ ਦੀ ਪਹਿਲਣ ਚੋਟੀ ਜਿਹੜੀ ਨਾ ਤਿਆਰ ਹੋ ਰਹੀ ਹੈ ਅਤੇ ਅੱਲਾ ਪਾਕ ਨੇ ਜਿਹੜਾ ਇਹਨੂੰ ਹੁਸਨ ਦਿੱਤਾ ਨਾ ਕਮਾਲ ਦਾ, ਅਤੇ ਵੇਖਿਆ ਜਿਹੜਾ ਨਾ ਸਰੂਰ ਆ ਰਿਹਾ, ਅਤੇ ਇਨਸ਼ਾਅੱਲਾ ਤਾਲਾ ਪੂਰੀ ਨਮੈਸ਼ਣ ਹੈ ਅਤੇ ਮੰਡੀ ਮੁਰੀ ਪੂਰੀ ਮੰਡੀ ਦੇ ਵਿੱਚ ਜਿਹੜੀ ਨਾ ਟਾਪਰ ਹੈ ਸ਼ਾਹ ਕਾਲੀ ਮੁਸ਼ਕਣ, ਅਤੇ ਜਿਹੜਾ ਅੱਲਾ ਤਾਲਾ ਨੇ ਇਹਨੂੰ ਹੁਸਨ ਦਿੱਤਾ ਕਮਾਲ ਦਾ ਜੀ। ਥਣ ਇਕੱਲਾ ਇਕੱਲਾ ਚਾਰਾਂ ਪਾਸੋਂ ਬਰੀਕ ਪੂਛਲ ਹੈ, ਅਤੇ ਜਿਹੜਾ ਲਿਬਾਸ ਤਿਆਰ ਕਰਦੀ ਨਾ ਕਈਆਂ ਜ਼ਮਾਨਾ ਚੱਡਾ ਕਹਿੰਦੇ ਨਾ, ਧੁੰਨੀ ਤੋਂ ਲੈ ਕੇ ਅਤੇ ਸਾਰ ਤਿਕਰ, ਅਤੇ ਥਣਾਂ ਦੀ ਵੰਡ ਵੀ ਪੂਰੇ ਮਰਲੇ ਮਰਲੇ 'ਤੇ। ਸੁਣਿਆ ਇੱਧਰ ਮੇਰੇ ਪਿੱਛੋਂ ਦੀ ਘੁੰਮ ਕੇ ਇੱਧਰ ਆਵੇ ਨਾ, ਤੈਨੂੰ ਤੂੰ ਬੜਾ ਬੰਦਾ ਡਾਢਾ ਜਿਹਾ ਮੈਨੂੰ ਲੱਗਦਾ, ਅਸੀਂ ਨੂੰ ਲਾ ਲੈ ਤੂੰ ਮੇਰੇ ਪਿੱਛੇ ਆ ਜਾਊ ਰਾ ਥੋੜ੍ਹਾ ਜਿਹਾ, ਅਸੀਂ ਮੈਂ ਇਹਨੂੰ ਹੁਣ ਹੌਲੇ ਜਿਹੇ ਫਿਰ ਕੱਢ ਟੋਰੇ ਨਾ ਥੋੜ੍ਹੀ ਜੀ। ਬਾਕੀ ਜੀ ਇਨਸ਼ਾਅੱਲਾ ਤਾਲਾ ਅਜੇ ਤੀਕਰ ਕਮ ਸੋ ਕਮ 10 ਤੋਂ 20 ਦਿਨ ਲੈ ਜਾਏਗੀ। ਹੁਣ ਪੁੱਤਰ ਪਰਾਂ ਨੂੰ ਟੋਰ ਸਿੱਧੀ, ਕਿਆ ਇਹਦੀ ਖੂਬਸੂਰਤੀ ਹੈ, ਅਤੇ ਘੁਹੀਰਿਆਂ ਰੰਗਾ ਭਰਾ ਹੀ ਚਾਹੀਦਾ ਜਿਹੜਾ ਸ਼ੌਕ ਵਾਲਾ ਹੋਵੇ, ਜਿਹੜਾ ਇਹਨੂੰ ਸਮਝਦਾ ਹੋਵੇ। ਇਨਸ਼ਾਅੱਲਾ ਤਾਲਾ ਇਹ ਮੱਝਾਂ ਨੇ ਜਿਹੜੀਆਂ 20-20 ਜਾਂ 25-25 ਸਿਰ ਦੁੱਧ ਕਰਦੀਆਂ ਨੇ, ਅਸੀਂ ਉਹ ਖੁਰਲੀ ਤੀਕਰ ਲੈ ਚੱਲ ਤਾਂ ਉੱਥੋਂ ਮੁੜ ਕੇ ਲੈ ਆਈ। ਮਾਸ਼ਾਅੱਲਾ ਕਿਆ ਇਹਦੀ ਟੋਰ ਹੈ ਕਮਾਲ ਦੀ। ਮੋੜ ਪੁੱਤਰ ਪਰਾਂ ਨੂੰ ਮੋੜ, ਜ਼ਿਆਦਾ ਨਾ ਡਰਾ, ਬਸ ਹੌਲੇ ਹੌਲੇ ਲੈ ਆ, ਮੋੜ ਲਿਆ ਚੱਲ ਖਲੋਣ ਦੇ ਇੱਥੇ। ਜਿਹੜੀ ਦੂਸਰੀ ਕੋਈ ਗੱਲ ਛੱਲ ਇਨਸ਼ਾਅੱਲਾ ਤਾਲਾ ਭਾਈ ਇਮਰਾਨ ਨਾਲ ਕਰਨੇ ਆ, ਲੈ ਚੱਲ ਵੀ ਕੀ ਇਹਦਾ ਲੇਖਾ ਸ਼ੇਖਾ ਲੈਣਾ ਪਰਾਂ ਨੂੰ ਟੋਰ ਪਰਾਂ ਨੂੰ। ਅੱਲਾ ਮੇਰੇ ਦੇ ਹੁਕਮ ਨਾਲ ਜਨਾਬ ਹੈ ਸਾਡੇ ਲਹਿੰਦੇ ਪੰਜਾਬ ਨੀਲੀ ਬਾਰ ਦੇ ਹੀਰੇ ਨੇ, ਅਤੇ ਜਿਹੜਾ ਅੱਲਾ ਤਾਲਾ ਨੇ ਇਹਨੂੰ ਹੁਸਨ ਦਿੱਤਾ ਕਮਾਲ ਦਾ ਜੀ ਮਾਸ਼ਾਅੱਲਾ। ਉਹ ਸੁਣਿਆ ਪਤਾ ਹੀ ਕਾਰਾ ਖੁਰਲੀ ਪਰਾਂ ਨੂੰ ਖਿੱਚੇ ਨਾ। ਲਓ ਜੀ ਜਿਹੜੀਆਂ ਇਹਦੀਆਂ ਵੰਡਾਂ ਨੇ ਨਾ ਚਾਰਾਂ ਪਾਸੋਂ ਕਮਾਲ ਦੀਆਂ ਨੇ ਜੀ ਮਾਸ਼ਾਅੱਲਾ। ਥਣ ਤੁਹਾਨੂੰ ਅੱਗੇ ਵੀ ਉਨਾ ਸਾਵਾਂ ਚੱਡਾ ਅਤੇ ਪਿੱਛੇ ਵੀ ਉਨਾ ਹੀ ਹੈ, ਅਤੇ ਥਣ ਪੂਰੇ 1.5-1.5 ਫੁੱਟ 'ਤੇ, ਅਤੇ ਸੋਹਣਾ ਅੱਲਾ ਪਾਕ ਨੇ ਜਿਹੜਾ ਥਣ ਲਾਇਆ, ਅਤੇ ਇੱਕ ਅਨਮੋਲ ਜਿਹਾ ਹੀਰਾ। ਅਤੇ ਹੁਣ ਤੁਹਾਨੂੰ ਜਿਹੜੀ ਨਾ ਇਹਦੀ ਡਿਮਾਂਡ ਵੀ ਪੁੱਛ ਕੇ ਦੱਸਦੇ ਹਾਂ ਵੀ ਕੀ ਇਹਦਾ ਲੇਖਾ ਸ਼ੇਖਾ ਲੈਣਾ ਅਤੇ ਕਿੰਨੇ ਕੁ ਦਿਨ ਲੈ ਜਾਏਗੀ। ਲਓ ਜੀ ਇਨਸ਼ਾਅੱਲਾ ਸਾਰੀ ਤਸੱਲੀ ਕਰਾਈ ਹੈ ਝੋਟੀ ਦੀ, ਚਾਰਾਂ ਪਾਸਿਓਂ ਕੋਈ ਥੱਲੇ ਧੁੰਨੀ ਕੋਨੀ ਕੋੜੀ ਕੋਨੀ, ਚਿਹਰੇ ਦੀ ਖੂਬਸੂਰਤੀ ਕਮਾਲ ਦੀ ਹੈ ਜੀ। ਹੈ ਹੁਣ ਆਪਾਂ ਤੁਹਾਨੂੰ ਜਿਹੜਾ ਨਾ ਇਹਦੀ ਡਿਮਾਂਡ ਵੀ ਦੱਸਦੇ ਹਾਂ ਵੀ ਕੀ ਇਹਦਾ ਲੇਖਾ ਸ਼ੇਖਾ ਕਰਦੇ ਨੇ। ਤੂੰ ਇੱਧਰੋਂ ਦੀ ਘੁੰਮ ਕੇ ਉੱਧਰ ਚੱਲੇ ਨਾ, ਆ ਜਾ ਮੈਦਾਨ ਦੇ ਵਿੱਚ। ਮਾਸ਼ਾਅੱਲਾ ਜੀ ਕਿਆ ਬਾਤ ਹੈ, ਆਹ ਹਲਾਲੇ ਇੱਥੇ ਪਰ ਨਾਲ ਖੜਾ ਹੋ ਜਾਓ ਉੱਥੇ। ਅਸਲਾਮ ਅਲੈਕਮ, ਕੀ ਹਾਲ ਚਾਲ ਨੇ, ਕੀ ਨਾਂ ਕੀ ਤੁਹਾਡਾ? ਸਲਮਾਨ ਭੱਟੀ। ਉਹ ਇੰਡੀਆ ਵਾਲਾ ਤਾਂ ਨਹੀਂ ਸਲਮਾਨ ਖਾਨ? ਹੈਂ ਯਾਰ ਤੂੰ ਕਿਹੜਾ ਮਾੜਾ, ਮਾਸ਼ਾਅੱਲਾ ਸੋਹਣਾ ਸੁਣਖਿਆ, ਕਿਹੜੀ ਗੱਲ ਹੈ? ਉਹ ਸਲਮਾਨ ਦਾ ਕੱਦ ਹੀ ਨਿੱਕਾ ਜਿਹਾ, ਤੇਰਾ ਤਾਂ ਸ਼ੱਕ ਨਹੀਂ ਜੇ 7 ਫੁੱਟ ਕੱਦ ਹੋਵੇ। ਹੈਂ ਅੱਲਾ ਦਾ ਸ਼ੁਕਰ ਅਦਾ ਕਰਨਾ ਚਾਹੀਦਾ, ਕਿਆ ਬਾਤ ਹੈ। ਚਲੋ ਅੱਛਾ ਜਿਹੜੀ ਹੁਣ ਆਪਾਂ ਵਿੱਚ ਹੀ ਆ ਜਾ, ਮੈਂ ਤਾਂ ਨਾ ਤੈਨੂੰ ਵਿੱਚ ਬਹਾ ਲੈਣਾ। ਆਹ ਜਿਹੜੀ ਝੂਠੀ ਬਹਾ ਰਹੇ ਹਾਂ ਇਹ ਕਿੰਨੇ ਕੁ ਦਿਨ ਲੈ ਜਾਏਗੀ ਸੂਣ 'ਚ? 15-16 ਦਿਨ ਲੈ ਜਾਏਗੀ। ਹੈ ਤੇ ਇਲਾਕੇ ਕਿਹੜੇ ਦੀ ਹੈ? ਰਾਵੀ ਦੀ, ਨੂਰ ਸ਼ਾਹ ਦੇ ਇਲਾਕੇ ਦੀ ਹੈ। ਤੇ ਕੀ ਆਪਾਂ ਇਹਦਾ ਲੇਖਾ ਲੁਖਾ ਕੀ ਕਰਨੇ ਆ ਦੱਸੋ? ਅੱਛਾ ਡਿਮਾਂਡ 25 ਲੱਖ ਰੁਪਈਆ ਜਦੋਂ ਕੋਈ ਆਏਗਾ ਪਿਆਰ ਮੁਹੱਬਤ ਹੋਏਗਾ। ਅੱਛਾ ਕੀ ਵਜ੍ਹਾ, ਕਿਉਂ ਏਡਾ ਮੁੱਲ ਕਰਦੇ ਜੀ, ਕੀ ਇਹਦੀ? ਅੱਛਾ ਸੋਹਣੀ, ਥੱਲੋਂ ਚੰਗੀ ਖੁੱਲੇਗੀ।
ਲਓ ਜੀ ਭਾਈ ਸਲਮਾਨ ਦੀਆਂ ਵੀ ਤੁਹਾਨੂੰ ਗੱਲਾਂ ਸੁਣਾਈਆਂ ਨੇ ਇਨਸ਼ਾਅੱਲਾ ਤਾਲਾ, ਅਗਰ ਤੁਹਾਡੇ ਪਸੰਦ ਆਉਣ ਤਾਂ ਦੱਸਣਾ ਝੋਟੀ ਵੀ ਲਾਜਵਾਬ ਹੀ ਰਹਿ। ਇਸ ਨਾਲ ਹੀ ਆਪਾਂ ਇਨਸ਼ਾਅੱਲਾ ਯਾਦ ਕਰਨਗੇ। ਲਓ ਜੀ ਇਸ ਨਾਲ ਹੀ ਆਪਣੇ ਮੇਜ਼ਬਾਨ ਰਾਏ ਸਾਕਬ ਅਲੀ ਨੂੰ ਇਜਾਜ਼ਤ ਦਿਓ ਜੀ। ਪਾਕਿਸਤਾਨ ਜ਼ਿੰਦਾਬਾਦ ਅਤੇ ਨੂਰਸ਼ਾਹ ਦਾ ਇਲਾਕਾ ਵੀ ਜ਼ਿੰਦਾਬਾਦ ਜੀ ਮਾਸ਼ਾਅੱਲਾ।